ਵਿਧਾਨਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਚੋਣ ਪ੍ਰਚਾਰ ਇਸ ਮੌਕੇ ਤੇ ਆਪਣੇ ਸ਼ਿਖਰ ਤੇ ਹੈ। ਸ਼੍ਰੀ ਸੋਨੀ ਨੇ ਵਾਰਡ ਨੰਬਰ 54 ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਚੋਣ ਰੈਲੀ ਨੂੰ ਵੀ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਸੰਪੂਰਨ ਵਿਕਾਸ ਲਈ ਲੋਕ ਉਹਨਾਂ ਨੂੰ ਵੋਟ ਦੇ ਕੇ ਜੇਤੂ ਬਣਾਉਣ। ਇਸ ਮੌਕੇ ਤੇ ਕੌਂਸਲਰ ਵਿਕਾਸ ਸੋਨੀ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਅਤੇ ਵਿਕਾਸ ਮਿਸ਼ਰਾ ਸਮੇਤ ਕਈ ਲੋਕ ਮੌਜੂਦ ਸਨ। ਤੁਸੀਂ ਸਾਰੇ ਹਮੇਸ਼ਾ ਮੇਰੇ ਨਾਲ ਪਿਆਰ ਕਰਦੇ ਚਲੇ ਆ ਰਹੇ ਹੋ। ਮੈਂ 32 ਸਾਲ ਤੋਂ ਤੁਹਾਡੀ ਸੇਵਾ ਕਰ ਰਿਹਾ। ਸੋ ਭਰਾਓ, ਜੋ ਤੁਸੀਂ ਕਿਹਾ ਇਸ ਇਲਾਕੇ ਵਾਲੇ ਨੇ ਉਹ ਜ਼ਰੂਰ ਕੀਤਾ। ਚਾਹੇ ਤੁਹਾਡੀਆਂ ਗਲੀਆਂ ਨੇ, ਚਾਹੇ ਤੁਹਾਡੀਆਂ ਸੜਕਾਂ ਨੇ, ਚਾਹੇ ਤੁਹਾਡਾ ਸੀਵਰੇਜ ਹੈ, ਚਾਹੇ ਪੀਣ ਵਾਲਾ ਪਾਣੀ ਹੈ, ਚਾਹੇ ਤੁਹਾਡੀਆਂ ਇਸ ਇਲਾਕੇ ਦੀਆਂ ਲਾਈਟਾਂ ਨੇ, ਚਾਹੇ ਤੁਹਾਡੇ ਬੱਚਿਆਂ ਦੇ ਖੇਡਣ ਲਈ ਪਾਰਕ ਨੇ, ਜੇ ਕੋਈ ਵੀ ਕੰਮ ਤੁਹਾਡਾ ਰਹਿ ਗਿਆ ਫਿਰ ਮੈਂ ਵੋਟਾਂ ਦਾ ਹੱਕਦਾਰ ਨਹੀਂ। ਤੇ ਜੇ ਤੁਹਾਡੇ ਸਾਰੇ ਕੰਮ ਹੋਏ ਨੇ ਫਿਰ ਤੇ ਜਿਹੜਾ ਸੇਵਾ ਕਰਦਾ ਉਹਦਾ ਸਾਥ ਦੇਣਾ ਵੀ ਚਾਹੀਦਾ। ਸੋ ਮੈਨੂੰ ਪੂਰੀ ਆਸ ਹੈ ਕਿ ਜਿਹਨੇ ਇਹਨਾਂ ਇਲੈਕਸ਼ਨ ਲੜੇ ਨੇ ਅੱਜ ਤੱਕ ਤੁਸੀਂ ਇਸ ਇਲਾਕੇ ਵਾਲੇ ਨੇ ਮੈਨੂੰ ਬਹੁਤ ਵੱਡੇ ਮਾਰਜਨ 'ਚ ਦਿੱਤਾ। ਸੋ ਮੈਨੂੰ ਜਦੋਂ ਤੁਸੀਂ ਯਾਦ ਕਰਦੇ ਹੋ ਮੈਂ ਆਪਣਾ ਫਰਜ਼ ਸਮਝ ਕੇ ਆਉਂਦਾ। ਸੋ ਮੇਰਾ ਇਹ ਆਪਣਾ ਪਰਿਵਾਰ ਹੈ ਸਾਰਾ ਤੁਸੀਂ। ਸੋ ਮੈਨੂੰ ਪੂਰੀ ਆਸ ਹੈ ਕਿ ਤੁਸੀਂ 20 ਤਰੀਕ ਵਾਲੇ ਦਿਨ ਆਪਣੇ ਸੇਵਾਦਾਰ ਨੂੰ ਕਾਂਗਰਸ ਪਾਰਟੀ ਦਾ ਥੱਲਾ ਨਿਸ਼ਾਨ ਆ ਪੁਰਾਣਾ ਹੱਥ ਦਾ। ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰਬਰ 61 ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਇਲਾਕੇ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਇਲਾਕੇ ਦੇ ਵਿਕਾਸ ਲਈ ਉਹਨਾਂ ਨੂੰ ਵੋਟ ਦੇਣ। ਉਹਨਾਂ ਆਖਿਆ ਕਿ ਉਹ ਇਹ ਚੋਣ ਹਲਕੇ ਵਿੱਚ ਕਰਾਏ ਵਿਕਾਸ ਦੇ ਮੁੱਦੇ ਤੇ ਲੜ ਰਹੇ ਹਨ। ਵਾਰਡ ਦੇ ਲੋਕਾਂ ਵੱਲੋਂ ਸ਼੍ਰੀ ਸੋਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਦੇਵ ਸਿੰਘ ਦਾਰਾ, ਵਿੱਕੀ ਦੱਤਾ, ਅਸ਼ੋਕ ਚੌਧਰੀ ਸਮੇਤ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਇਹਨਾਂ ਨੂੰ ਇੱਕ ਗੱਲ ਪੁੱਛ ਲਓ ਕਿ ਕਰੋਨਾ ਵੇਲੇ ਜਦੋਂ 2.5 ਮਹੀਨੇ ਕਰਫਿਊ ਲੱਗਾ ਸੀ ਉਦੋਂ ਤੁਸੀਂ ਕਿੱਥੇ ਸੀ? ਕਿਸੇ ਗਰੀਬ ਦੀ ਤਲੀ ਤੇ ਇੰਨਾ ਕਿ ਕਿਲੋ ਆਟਾ ਵੀ ਰੱਖਿਆ ਹੋਵੇ ਫਿਰ ਇਹ ਵੋਟਾਂ ਦੇ ਹੱਕਦਾਰ? ਤੇ ਜੇ ਇਹਨਾਂ ਪੁੱਛਿਆ ਹੀ ਕਿਸੇ ਨੂੰ ਨਹੀਂ, ਇਹ ਬਾਹਰ ਡਰਦੇ ਬਾਹਰ ਨਹੀਂ ਨਿਕਲੇ, ਫਿਰ ਅੱਜ ਵੋਟਾਂ ਮੰਗਣ ਆ ਗਏ ਨੇ? ਜੇ ਤੁਸੀਂ ਲੋਕਾਂ ਨਾਲ ਪਿਆਰ ਨਹੀਂ ਕਰਨਾ ਤੇ ਲੋਕਾਂ ਕੋਲ ਵੋਟਾਂ ਕਾਹਦੀਆਂ ਮੰਗਦੇ ਹੋ? ਜੇ ਲੋਕਾਂ ਦੀ ਆਸਾਂ ਮੀਤਾ ਤੇ ਖਰੇ ਨਹੀਂ ਉਤਰਨਾ ਫਿਰ ਕਾਹਦੀਆਂ ਵੋਟਾਂ ਮੰਗਦੇ ਹੋ? ਸੋ ਮੈਨੂੰ ਵੀ ਪੁੱਛੋ, ਇਹਨਾਂ ਨੂੰ ਵੀ ਪੁੱਛੋ, ਜੇ ਤੇ ਜਵਾਬ ਦੇ ਜਾਣ। ਅੱਜ ਤੱਕ ਇਹਨਾਂ ਨੂੰ ਪੁੱਛੋ, ਤੁਸੀਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ, ਤੁਸੀਂ ਆਪਣਾ ਕੀ ਵੀ ਕੰਮ ਗਿਣਾ ਦਿਓ ਜਿਹੜਾ ਤੁਸੀਂ ਕੀਤਾ ਹੋਵੇ। ਕਿਸੇ ਦੇ ਘਰ ਦੇ ਬਾਹਰ ਕੋਈ ਬਲਬ ਵੀ ਇਹਨਾਂ ਲਵਾਇਆ ਹੋਵੇ, ਅੱਜ ਲਾਈਟਾਂ ਜਗਦੀਆਂ ਨਾ, ਕਿੱਥੋਂ ਲੱਗੋ ਤੁਸੀਂ? ਇਹ ਕੌਣ ਲੋਕ ਹੈ ਸਾਥੀ? ਹੋਏ ਤੁਹਾਡਾ ਸੇਵਾਦਾਰ, ਸੇਵਾ ਲਈ ਆਇਆ, ਕੋਈ ਸਿਆਸਤ ਨੂੰ ਪੇਸ਼ਾ ਨਹੀਂ ਬਣਾਇਆ ਕੋਈ ਅੱਜ ਤੱਕ। ਕਹਿੰਦੇ ਸ਼ਹਿਰ 'ਚ ਜਿੱਦਣ ਸ਼ਹਿਰ 'ਚ ਇੱਕ ਵੀ ਕੋਈ ਕਹਿ ਜਾਏਗਾ ਕਿ ਸੋਨੀ ਨੇ ਕੰਮ ਕਰਾਉਣ ਲਈ ਮੈਨੂੰ ਕੋਈ ਪ੍ਰੈਸ਼ਰ ਗਲਤ ਪਾਇਆ,
ਜਾਂ ਕਿਤੇ ਸੋਨੀ ਨੇ ਕਿਤੇ ਕਬਜ਼ੇ ਕਰਾਏ ਨੇ ਜਾਂ ਕੀਤੇ ਨੇ, ਫਿਰ ਭਰਾ ਮੈਂ ਸਿਆਸੀ ਛੱਡ ਦੂੰਗਾ, ਫਿਰ ਮੈਂ ਵੋਟਾਂ ਮੰਗਣ ਨਹੀਂ ਆਊਂਗਾ। ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਹਲਕੇ ਦੀ ਵਾਰਡ ਨੰਬਰ 57 ਵਿਖੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਆਖਿਆ ਕਿ ਹਲਕੇ ਦੇ ਸੰਪੂਰਨ ਵਿਕਾਸ ਲਈ ਲੋਕ ਉਹਨਾਂ ਨੂੰ ਵੱਡੇ ਬਹੁਮਤ ਨਾਲ ਚੋਣਾਂ ਵਿੱਚ ਜੇਤੂ ਬਣਾਉਣ। ਇਲਾਕੇ ਦੇ ਲੋਕਾਂ ਨੇ ਸ਼੍ਰੀ ਸੋਨੀ ਨੂੰ ਸਨਮਾਨਿਤ ਕੀਤਾ। ਮੀਟਿੰਗ ਵਿੱਚ ਕੌਂਸਲਰ ਵਿਕਾਸ ਸੋਨੀ, ਸਾਬਕਾ ਕੌਂਸਲਰ ਸਰਵਜੀਤ ਸਿੰਘ ਲਾਟੀ, ਅਸ਼ੋਕ ਚੌਧਰੀ ਸਮੇਤ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਮੈਂ ਤਾਂ ਹਮੇਸ਼ਾ ਆਪਣੇ ਕੰਮਾਂ ਦੀਆਂ ਗੱਲਾਂ ਕਰਦਾ, ਕਿਸੇ ਦੇ ਖਿਲਾਫ ਨਾ ਬੋਲਦਾ। ਤੁਸੀਂ ਫੈਸਲਾ ਕਰਨਾ, ਜੇ ਤੇ ਮੇਰੇ ਕੰਮਾਂ ਤੇ ਤੁਹਾਨੂੰ ਭਰੋਸਾ, ਜੇ ਮੇਰੇ ਤੇ ਤੁਹਾਨੂੰ ਭਰੋਸਾ, ਫਿਰ ਤਾਂ ਤਗੜੇ ਹੋ ਗਏ ਸਾਰੇ ਰਲ ਮਿਲ ਕੇ ਵੋਟਾਂ ਪਾਓ, ਤੇ ਜੇ ਮੇਰੇ ਕੰਮਾਂ ਤੇ ਭਰੋਸਾ ਨਹੀਂ, ਫਿਰ ਮੈਂ ਤੁਹਾਨੂੰ ਜ਼ਿਆਦਾ ਮਜਬੂਰ ਨਹੀਂ ਕਰੂੰਗਾ। ਸੋ ਬੇਨਤੀ ਕਬੂਲ ਕਰਿਓ, ਸਾਰਾ ਕੁਝ ਵੇਖਣਾ ਤੁਸੀਂ ਕਿ ਜਿਹੜਾ ਕੈਂਡੀਡੇਟ ਇਸ ਗੁਰੂ ਰਾਮਦਾਸ ਜੀ ਨਗਰੀ ਦੀ ਸੇਵਾ ਕਰ ਰਿਹਾ ਹੈ, ਕਿਹੜਾ ਜਿਹੜਾ ਉਹ ਵਾਅਦੇ ਕਰਕੇ ਲੋਕਾਂ ਕੋਲ 50 ਸਾਲਾਂ ਬਾਅਦ ਵੋਟਾਂ ਲੈਂਦਾ, ਇਹ ਤੁਸੀਂ ਫੈਸਲਾ ਕਰਨਾ। ਸੋ ਫੈਸਲਾ ਤੁਹਾਡੇ ਹੱਥ 'ਚ ਆ, ਤੁਸੀਂ ਸਿਆਣੇ ਹੋ, ਤੁਸੀਂ ਉਸ ਵੇਲੇ ਤੋਂ ਮੇਰੇ ਕੋਲ ਆਉਂਦੇ ਹੋ ਜਦੋਂ ਮੇਰੇ ਕੋਲ ਸ਼ਹਿਰ ਦੀ ਸੇਵਾ ਸੇਵਾ ਤੌਰ ਤੇ ਤੁਹਾਨੂੰ ਸਾਰੇ। ਸੋ ਮੈਂ ਤੇ ਹਮੇਸ਼ਾ ਤੁਹਾਡੇ ਨਾਲ, ਹਮੇਸ਼ਾ ਤੁਹਾਡੇ ਦੁੱਖ ਤੋਂ ਦਾ ਭਾਈ ਬਣ ਰਿਹਾ। ਸੋ ਮੇਰੀ ਬੇਨਤੀ ਕਬੂਲ ਕਰਿਓ, 20 ਤਰੀਕ ਵਾਲੇ ਦਿਨ ਹੱਥ ਦੇ ਨਿਸ਼ਾਨ ਤੇ ਤੁਸੀਂ ਸਾਰੇ ਨੇ ਮੋਹਰਾ ਲਾ ਕੇ ਆਪਣੇ ਸੇਵਾਦਾਰ ਨੂੰ ਜਿਤਾ ਕੇ ਪੰਜਾਬ ਦੀ ਸਮਿਤੀ 'ਚ ਭੇਜਣਾ, ਫਿਰ ਤੁਹਾਡੇ ਕੋਲ ਆਵਾਂਗੇ। ਜਦੋਂ ਪੂਰੀ ਤੁਹਾਡੀ ਤਿਆਰ ਹੋ ਜਾਏਗੀ ਫਿਰ ਇਹਦਾ ਉਦਘਾਟਨ ਕਰ ਦੇਵਾਂਗੇ।